ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜੇ ਸੀ ਮਹਿੰਦਰਾ ਦੇ ਪੋਤੇ ਆਨੰਦ ਮਹਿੰਦਰਾ ਨੂੰ ਬਾਈ ਸਤਿ ਸ਼੍ਰੀ ਅਕਾਲ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਤੁਸੀਂ ਐਸੀ ਚੀਜ਼ ਬਣਾ ਕੇ ਤੁਹਾਡੇ ਪੁਰਖਿਆਂ ਨੇ ਦਿੱਤੀ ਦੂਜੀ ਸਤਿ ਸ਼੍ਰੀ ਅਕਾਲ ਹੈਗੀ ਆ ਜੀ ਲੁਧਿਆਣਾ ਸ਼ਹਿਰ ਨੂੰ ਤੇ ਦੂਜੀ ਚਰਨ ਛੋਹ ਕਹ ਲਈਏ ਮੱਥਾ ਟੇਕਦੇ ਆ ਲੁਧਿਆਣਾ ਦੀ ਧਰਤੀ ਨੂੰ ਕਿਉਂਕਿ ਜਿਸ ਵੇਲੇ ਇਹਦੀ ਸ਼ੁਰੂਆਤ ਹੋਈ ਸੀਗੀ ਇਸ ਇਸ ਨੂੰ ਇਹਨੂੰ ਕੋਈ ਨਾਂ ਦੀ ਪਹਿਚਾਨ ਦਾ ਮਹਤਾਜ ਨਹੀਂ ਆ ਪਾਵਾਂ ਸਾਰੇ ਨਾਂ ਨਾ ਜੋ ਮਰਜੀ ਮਿਟ ਜਵੇ ਬਾਈ ਦੇਖ ਕੇ ਬੰਦਾ ਦੱਸ ਦਿੰਦਾ ਹੈ ਕਿ ਕਿਹੜਾ ਟਰੈਕਟਰ ਹੈ ਇਹ ਤੇ ਕਿੱਥੇ ਬਣਿਆ ਹੋਊਗਾ ਇਹ ਤੁਸੀਂ ਸਾਰੇ ਕਿਸਾਨਾਂ ਦੇ ਕੋਲ ਦੇਖਿਆ ਹੋਊਗਾ ਘਰ-ਘਰ ਖੜੇ ਹੋਗੇ ਕਿਉਂਕਿ ਡੀਜ਼ਲ ਵੀ ਘੱਟ ਤੇ ਮੇਨਟੇਨੈਂਸ ਵੀ ਘੱਟ ਤੇ ਖਰਚਾ ਵੀ ਘੱਟ ਹਰੇਕ ਕੰਮ ਦੇ ਵਿੱਚ ਜਿੱਥੇ ਮਰਜੀ ਤੱਕ ਦੋ ਟਰੈਕਟਰ ਨੂੰ ਪਰ ਅੱਪ ਅੱਜ ਗੱਲ ਟਰੈਕਟਰ ਦੀ ਨਹੀਂ ਕਰਨੀ ਗੱਲ ਅਸੀਂ ਕਰਨੀ ਆ ਕੰਪਨੀ ਦੀ ਭਾਈ ਜਿਹੜੀ ਪਾਕਿਸਤਾਨ ਦੇ ਬੰਦੇ ਨੇ ਗੁਲਾਬ ਨਵੀ ਜਿਹਨੂੰ ਕਹਿੰਦੇ ਤੁਸੀਂ ਗੁਲਾਬ ਮੁਹੰਮਦ ਜੀ ਕਹਿੰਦੇ ਆ ਜਿਨ੍ਹਾਂ ਨੂੰ ਤੇ ਨਾਲ ਕੇ ਸੀ ਮਹਿੰਦਰਾ ਤੇ ਜੀ ਸੀ ਮਹਿੰਦਰਾ ਸੀ ਉਹਨਾਂ ਨੇ ਫਾਊਂਡ ਕੀਤੀ ਸੀ ਲੁਧਿਆਣਾ ਸ਼ਹਿਰ ਦੇ ਵਿੱਚ ਸੋ ਲੁਧਿਆਣਾ ਨੂੰ ਮੈਂ ਇਸ ਲਈ ਨਮਸਤ ਕੀਤੀ ਸასი ਸ਼ਾਲ ਕੀਤੀ ਆ ਕਿ ਲੁਧਿਆਣਾ ਦੀ ਉਹ ਧਰਤੀ ਆ ਜਿਨੇ ਪੂਰੀ ਦੁਨੀਆ ਦੇ ਵਿੱਚ ਧੱਕ ਪਾਈ ਆ ਉੱਥੋਂ ਸਟਾਰਟ ਹੋਇਆ ਕੰਮ ਇਹ ਬਾਈ ਜੀ ਉੱਥੋਂ ਸਟਾਰਟ ਹੋਇਆ ਮੈਂ ਤਾਂ ਹੀ ਹਰੇਕ ਕੰਮ 'ਚ ਕਹਿੰਨਾ ਕੰਮ ਨੂੰ ਛੋਟਾ ਵੱਡਾ ਨਾ ਕਿਹਾ ਕਰੋ ਬਸ ਧੱਕ ਕੇ ਰੱਖਿਆ ਕਰੋ ਕਿਉਂਕਿ ਜਦੋਂ ਮੁਹੰਮਦ ਨਬੀ ਔਰ ਕੇ ਸੀਮੇਂਦਰ ਜੇ ਸੀਮੇਂਦਰ ਨੇ ਫਾਊਂਡ ਕੀਤੀ ਸੀ ਉਸ ਵੇਲੇ ਉਹ ਨਹੀਂ ਕਦੇ ਨਹੀਂ ਸੋਚਿਆ ਸੀਗਾ ਵੀ ਅਸੀਂ ਟਰੈਕਟਰ ਬਣਾਵਾਂਗੇ ਉਨੀ ਸੋਚਿਆ ਸੀਗਾ ਵੀ ਅਸੀਂ ਸਟੀਲ ਬਣਾਵਾਂਗੇ ਲੋਹਾ ਬਣਾਵਾਂਗੇ ਲੋਹੇ ਦੀ ਲੋਹੇ ਦੀ ਜਿਹੜਾ ਛੋਟਾ ਕਾਰਖਾਨਾ ਸ਼ੁਰੂ ਕੀਤਾ ਸੀ 1945 ਦੇ ਵਿੱਚ ਤੇ ਬਾਅਦ ਵਿੱਚ ਥੋੜੇ ਜਿਹੇ ਸਮੇਂ ਦੇ ਬਾਅਦ ਹੀ ਵਟਵਾਰਾ ਸ਼ੁਰੂ ਹੋ ਗਿਆ ਤੇ ਗੁਲਾਬ ਨਵੀ ਮੁਹੰਮਦ ਹੁਣੀ ਆ ਉਹ ਉਧਰ ਚਲੇ ਗਏ ਤੇ ਆਪਣੇ ਬੰਦੇ ਇੱਧਰ ਰਹਿ ਗਏ ਕੇਸੀ ਮਹਿੰਦਰਾ ਜੇਸੀ ਮਹਿੰਦਰਾ ਤੇ ਪਹਿਲਾਂ ਜਦੋਂ ਇਸ ਕੰਪਨੀ ਨੇ ਸ਼ੁਰੂਆਤ ਕੀਤੀ ਸੀ ਉਸ ਵੇਲੇ ਇਹਦਾ ਨਾਮ ਸੀਗਾ ਮੁਹੰਮਦ ਐਂਡ ਮਹਿੰਦਰਾ ਕੰਪਨੀ ਜਿਹੜੀ ਕਿ ਸਟੀਲ ਬਣਾਉਂਦੀ ਸੀਗੀ ਨਾ ਕਿ ਟਰੈਕਟਰ ਬਣਾਉਂਦੀ ਸੀ ਉਸ ਵੇਲੇ ਜਦੋਂ ਵਟਵਾਰਾ ਹੋਇਆ ਤੇ ਉਹਨਾਂ ਨੇ ਆਪਣੇ ਜੋ ਹਿੱਸੇਦਾਰੀ ਕੱਢ ਲਈ ਤੇ ਬਾਅਦ ਚ ਫਿਰ ਮਹਿੰਦਰਾ ਰਮਹਿੰਦਰਾ ਨੋਂ ਰੱਖਿਆ ਕਿਉਂਕਿ ਕਾਪੀਆਂ-ਕੂਪੀਆਂ ਸਾਰੀਆਂ ਛਪੀਆਂ ਹੋਈਆਂ ਸੀ ਉਸ ਵੇਲੇ ਪੈਸਿਆਂ ਦੀ ਬਹੁਤ ਅੰਗੀ ਸੀ ਇਹ ਨਹੀਂ ਚਾਹੁੰਦੇ ਸਾਡਾ ਕਾਗਜ਼ ਜਾਂ ਕੋਈ ਸਟicker ਖਰਾਬ ਹੋਵੇ ਇਨੀ ਫਿਰ ਮਹਿੰਦਰਾ ਐਂਡ ਮਹਿੰਦਰਾ ਰੱਖ ਦਿੱਤਾ ਸੀ ਇਸ ਟਰੈਕਟਰ ਨੇ ਇਸ ਟਰੈਕਟਰ ਨੂੰ ਬਣਾਉਣ ਇਹਨਾਂ ਦੇ ਕੇ ਸੀ ਮਹਿੰਦਰਾ ਜੀ ਸੀ ਮਹਿੰਦਰਾ ਨੇ ਬਹੁਤ ਮਿਹਨਤ ਕੀਤੀ ਕਿਉਂਕਿ ਉਹਨਾਂ ਨੇ ਸਭ ਤੋਂ ਪਹਿਲਾਂ 19 ਨੰਦਮਿੰਦਰਾ ਦੇ ਪੁਰਖਿਆਂ ਨੇ 1945 ਦੇ ਵਿੱਚ ਜਿਹੜੀ ਜੀਪ ਬਣਾਈ ਸੀ 1945 ਦੇ ਵਿੱਚ ਉਹ ਫੌਜ ਨੇ ਕਿਹਾ ਸਿਵਿਲਿਅਨ ਨੇ ਕਿਹਾ ਹਰ ਇੱਕ ਮੁਲਕ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ ਹਜੇ ਵੀ ਉਹ ਜਿਹੜੀ ਜੀਪ ਆ ਚੱਲਦੀਆਂ ਤੁਸੀਂ ਦੇਖੀਆਂ ਹੋਣੀਆਂ ਅੱਜ ਕੱਲ ਤੁਸੀਂ ਜਿਨ੍ਹਾਂ ਨੂੰ ਥਾਰ ਕਹਿੰਦੇ ਆ ਬਾਈ ਉਹ 1945 ਦੇ ਵਿੱਚ ਸਟਾਰਟ ਹੋਇਆ ਸੀ ਕੰਮ ਤੇ ਉਸ ਤੋਂ ਬਾਅਦ 1963 ਦੇ ਵਿੱਚ ਇਹਨਾਂ ਨੇ ਇੱਕ ਅਮਰੀਕਨ ਕੰਪਨੀ ਇੰਟਰਨੈਸ਼ਨਲ ਦੇ ਨਾਲ ਮਿਲ ਕੇ ਆਪਣਾ ਜਿਹੜਾ ਟਰੈਕਟਰ ਉਸ ਵੇਲੇ ਬਣਾਇਆ ਸੀ ਤੇ ਉਹ ਤੋਂ ਬਾਅਦ ਆਜੋ ਜੀ 1982 ਦੇ ਵਿੱਚ B 275 ਤੁਸੀਂ ਦੇਖਿਆ ਹੋਣਾ Mahindra ਦਾ ਤੇ ਉਸ Mahindra ਦੇ ਟਰੈਕਟਰ ਨੇ ਹਰ ਇੱਕ ਕਿਸਾਨ ਦੇ ਘਰ ਆਇਆ ਪਰ ਉਸ ਵੇਲੇ ਥੋੜੀਆਂ ਜਿਹੀਆਂ ਟਰੈਕਟਰ ਦੇ ਵਿੱਚ ਖਾਮੀਆਂ ਸੀਗੀਆਂ ਜਿਹੜੀਆਂ ਉਹ ਇਹ ਨਹੀਂ ਆ ਕੇ ਅੱਗੇ ਆ ਕੇ ਉਹਨਾਂ ਨੂੰ ਪੂਰਾ ਕੀਤਾ ਕਿਉਂਕਿ DIA ਬਣਾਏ ਤੇ ਉਹਦੇ ਵਿੱਚ ਬਾਅਦ ਚ ਫਿਰ 275 475 ਕੋਈ ਗਿਣਤੀ ਨਹੀਂ ਹੈਗੀ ਕਿੰਨੇ ਟਰੈਕਟਰ ਆ ਫਿਰ 19 ਜਿੱਦਾਂ ਜਿੱਦਾਂ ਕਹਾ ਬਾਅਦ ਦੇ ਗਏ ਫਿਰ ਇਹ ਨਹੀਂ ਜਿਹੜਾ ਆਪਣਾ ਹਿੰਦੂਸਤਾਨ ਟਰੈਕਟਰ ਵਾ 1999 ਦੇ ਵਿੱਚ ਗੁਜਰਾਤ ਤੋਂ ਪੂਰੀ ਕੰਪਨੀ ਖਰੀਦੀ ਉਹ ਹਿੰਦੁਸਤਾਨ ਟਰੈਕਟਰ ਤੋਂ ਵੀ ਮਹਿੰਦਰਾ ਦੇ ਨਾਂ ਨਾ ਤੁਸੀਂ ਜਾਣਦੇ ਆ ਤੇ 2007 ਦੇ ਵਿੱਚ ਇਹਨਾਂ ਨੇ ਆਪਣਾ ਸਵਰਾਜ ਟਰੈਕਟਰ ਜਿਹੜਾ ਸੀਗਾ ਜਿੱਥੇ ਸਵਰਾਜ ਬਣਾਉਂਦੇ ਆ ਉਹਦੇ ਵੀ 63% ਤੋਂ ਵੱਧ ਸਟੇਕ ਖਰੀਦੀ ਸਟੇਕ ਦਾ ਮਤਲਬ ਸ਼ੇਅਰ ਖਰੀਦੇ ਕੰਪਨੀ ਖਰੀਦੀ ਤੇ ਤੁਸੀਂ ਜਦੋਂ ਸਵਰਾਜ ਟਰੈਕਟਰ ਵੀ ਲੈਣੇ ਆ ਉੱਥੇ ਦੇਖ ਲਿਓ ਉਹਦੇ ਉੱਪਰ ਲੋਗੋ ਜਿਹੜਾ ਮਹਿੰਦਰਾ ਸੁਮਹਿੰਦਰਾ ਦਾ ਲੱਗਾ ਹੋਵੇਗਾ ਕਿਉਂਕਿ ਇਹ ਆਨੰਦ ਮਹਿੰਦਰਾ ਜੀ ਦੀ ਸਖਤ ਮਿਹਨਤ ਕਹਿ ਸਕਦੇ ਆ ਇਹਦੇ ਪਿੱਛੇ ਉਹਦੇ ਪੁਰਖਿਆਂ ਦਾ ਖੂਨ ਪਸੀਨਾ ਕਹਿ ਸਕਦੇ ਆ ਇਹ ਆਪਣੇ ਲੁਧਿਆਣੇ ਦੀ ਮਿੱਟੀ ਦਾ ਜੋਸ਼ ਕਹਿ ਸਕਦੇ ਆ ਲੁਧਿਆਣੇ ਦੇ ਜਿਹੜਾ ਪੁਣੀ ਆਪਣਾ ਜੋਸ਼ ਸੀਗਾ ਇਹ ਜੋਸ਼ ੱਕੇ ਜਾ ਕੇ ਲੁਧਿਆਣੇ ਤੋਂ ਸ਼ੁਰੂ ਹੋਇਆ ਹੋਇਆ ਹੁਣ ਹైదరాబాద్ ਜਿਹੜੀ ਅੱਡੀ ਵੱਡੀ ਫੈਕਟਰੀ ਆ ਇਹ 2 ਮਿੰਟ ਦੇ ਵਿੱਚ ਇੱਕ ਟਰੈਕਟਰ ਬਣਾਉਂਦੇ ਆ ਜੀ ਭਾਈ ਅੱਜ ਦੇ ਜਿੰਨਾ ਟਾਈਮ ਮੈਂ ਵੀਡੀਓ ਬਣਾਦਿਆਂ ਨੂੰ ਹੋ ਗਿਆ ਇੰਨੇ ਟਾਈਮ ਦੇ ਵਿੱਚ ਇਹ ਨਹੀਂ 15-16 ਟਰੈਕਟਰ ਇਦਾਂ ਕੱਢ ਕੇ ਬਾਹਰ ਰੱਖ ਦਿੰਦੇ ਹੁਣ ਦੇ ਦੋਸੇ ਸੋਚ ਲਓ ਤੇ ਆਪਣੇ ਕੰਮ ਨੂੰ ਬਾਈ ਪੂਰੇ ਜੋਸ਼ ਖੁਰੋਚਨਾ ਕਰਿਆ ਕਰੋ ਚਾਹੇ ਤੁਸੀਂ ਆਈਡੀਆ ਤੁਹਾਡਾ ਛੋਟਾ ਆ ਜਾਂ ਵੱਡਾ ਆ ਮੇਰਾ ਸਮਝਾਣ ਦਾ ਮਤਲਬ ਇਹੀ ਆ ਕਿ ਕੰਮ ਕੋਈ ਛੋਟਾ ਵੱਡਾ ਨਹੀਂ ਆਪਣੇ ਖੂਨ ਦੇ ਵਿੱਚ ਜੋਸ਼ ਰੱਖੋ ਤੇ ਬਾਕੀ ਦਾ ਕੰਮ ਜਿਹੜਾ ਪ੍ਰਮਾਤਮਾ ਤੇ ਛੱਡ ਦਿਓ ਤੇ ਆਨੰਦ ਮਹਿੰਦਰਾ ਦੀ ਕਹਾਣੀ ਦੱਸਦਾ 2010 ਦੇ ਵਿੱਚ ਇਹਨਾਂ ਦਾ ਜਿਹੜਾ ਬ੍ਰਾਂਡ ਸਗਾ ਬਾਈ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਟਰੈਕਟਰ ਵੇਚਣ ਵਾਲਾ ਸਭ ਤੋਂ ਵੱਧ ਸਮਾਨ ਵੇਚਣ ਵਾਲਾ ਬਣਿਆ ਇਹ ਤੋਂ ਅੱਗੇ ਚੱਲ ਜਾਈਏ ਫਿਰ ਇਹਨੇ ਆਪਣੀ ਸ਼ੁਰੂਆਤ ਕੀਤੀ ਅਮਰੀਕਾ ਦੇ ਵਿੱਚ ਯੂ ਐਸ ਏ ਦੇ ਵਿੱਚ ਯੂ ਐਸ ਏ ਦੇ ਵਿੱਚ ਇਹਨਾਂ ਦੀ ਕੰਪਨੀ ਕੰਮ ਕਰਦੀ ਆ ਤੇ ਫਿਰ ਇਹ ਜਿਹੜਾ ਹਰਮਨ ਪਿਆਰਾ ਬ੍ਰਾਂਡ ਬਣਿਆ ਆਸਟ੍ਰੇਲੀਆ ਦੇ ਕਿਸਾਨਾਂ ਵਾਲੇ ਆਸਟ੍ਰੇਲੀਆ ਦੇ ਕਿਸਾਨ ਜਿਹੜੇ ਉਹ ਮਹਿੰਦਰਾ ਦਾ ਟਰੈਕਟਰ ਖਰੀਦਣਾ ਜਿਆਦਾ ਪਸੰਦ ਕਰਦੇ ਆ 22 ਆਸਟ੍ਰੇਲੀਆ ਵਾਲੇ ਉਹ ਦੱਸਿਓ ਜ਼ਰੂਰ ਇਦਾਂ ਹੀ ਆ ਕਿ ਇਹ ਗਪੌੜਾ ਹੀ ਆ ਤੇ ਬਾਕੀ ਮੜਾ ਜਾਂ ਚਾਨਣਾ ਜ਼ਰੂਰ ਪਾਇਓ ਕਿਉਂਕਿ ਇਹ ਕੰਮ ਹਰੇਕ ਕੰਮ ਛੋਟੇ ਵੱਡੇ ਟਰੈਕਟਰ ਤੇ ਹਰੇਕ ਸਮਾਨ ਇਹਦਾ ਜਿੱਥੋਂ ਮਰਜੀ ਬਾਈ ਫੜਲਾ ਕੰਨੋਂ ਫੜ ਕੇ ਸਮਾਨ ਇੱਦਾਂ ਪਾ ਦੇ ਤੇ ਮਿੰਟੋ ਮਿੰਟੀ ਤੇ ਇਸ ਕਿਸਾਨ ਦੇ ਕੋਲ ਤਿੰਨ ਟਰੈਕਟਰ ਸੀਗੇ ਬਾਈ ਹੁਣ ਹੁਣ ਮੈਂ ਨਾ ਨਹੀਂ ਲਊਂਗਾ ਕਿਹੜੇ ਕਿਹੜੇ ਸਾਰੇ ਵੇਚਤੇ ਕਹਿੰਦਾ ਇਹ ਨਹੀਂ ਵੇਚਣਾ ਜਾਦਾ ਲੈਂਦਾ ਕਹਿੰਦਾ ਇਹ ਨਹੀਂ ਵੇਚਣਾ ਟਰੈਕਟਰ ਦੇਖ ਲਓ ਜਾਦਾ ਲੈਂਦਾ ਲੋਹਾ ਕਿੰਨਾ ਖਾਰਾ ਹੋਊਗਾ ਮਹਿੰਦਰਾ ਨੇ ਲਾਇਆ ਵਾ ਪੇ ਹਜੇ ਤੱਕ ਕਿਤੇ ਤੁਹਾਨੂੰ ਜਗਾਲੀ ਦਿਖਦਾ ਆਹ ਬਾਦੀਆਂ ਘਾਟੀਆਂ ਤਾਂ ਜਗਾਲ ਜਗੂਲ ਵਾਲੀਆਂ ਗੱਲਾਂ ਹੋਰ ਪਾਸਿਆਂ ਦੇਖ ਲਓ ਪੈਡਲ ਵੀ ਘਸ ਘਸ ਕੇ ਇੱਧਰ ਦਿਖਾ ਲ ਕੈਮਰਾਮੈਨ ਨੂੰ ਕਹੂੰਗਾ ਪੈਡਲ ਵੀ ਘਸ ਘਸ ਕੇ ਚਿੱਟੇ ਸਟੀਲ ਵਰਗੇ ਕੱਡੇ ਪਿਆ ਬਾਈ ਮਹਿੰਦਰਾ ਇਹਨੂੰ ਮਹਿੰਦਰਾ ਕਹਿੰਦੇ ਆ ਇਹਨੂੰ ਮਹਿੰਦਰਾ ਆ ਇਹ ਮਹਿੰਦਰਾ ਆ ਤੇ ਮਹਿੰਦਰਾ ਜਿਹੜਾ ਜਿਹੜਾ ਕੰਮ ਬਾਈ ਲਗਨ ਨਾਲ ਆਪਣੀ ਸੋਚ ਦੇ ਮੁਤਾਬਕ ਔਰ ਗਾਹਕਾਂ ਦੀ ਆਪਣੇ ਕਿਸਾਨਾਂ ਦੀ ਸੋਚ ਦੇ ਮੁਤਾਬਕ ਕੋਈ ਵੀ ਕੰਪਨੀ ਟਰੈਕਟਰ ਬਣਾਦੀ ਆ ਤੇ ਉਹ ਟਰੈਕਟਰ ਕਾਮਯਾਬ ਹੁੰਦਾ ਹੈ ਤੇ ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਵਧੀਆ ਟਰੈਕਟਰ ਮੈਂ ਕਹੂੰਗਾ ਕਿਉਂਕਿ ਇਹ ਤਾਂ ਘੱਟ ਤੇਲ ਖਾਣ ਵਾਲਾ ਟਰੈਕਟਰ ਕੋਈ ਹੋਰ ਮੈਨੂੰ ਦਿਖਿਆ ਨਹੀਂ ਅਜ ਤੱਕ ਇਹੇ ਟਰੈਕਟਰ ਦਾ ਤੇਲ ਤੇ ਦੂਜਾ ਧੂਆਂ ਪੋਲਿਊਸ਼ਨ ਨੋ ਪੋਲਿਊਸ਼ਨ ਬਾਈ ਧੂਆਂ ਦਿਖਾ ਲਦਾ ਨਹੀਂ ਜਿੱਦਾਂ ਮਰਜੀ ਪਿੱਛੇ ਪਾ ਕੇ ਤੇ ਗੱਡੀ ਰੱਖੋ ਇਹ ਧੂਆਂ ਤਾਂ ਨਹੀਂ ਦਿਖਾ ਲਦੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਇਹ ਪੋਲਿਊਸ਼ਨ ਤੇ ਦੂਜਾ ਠੰਡ ਜਿਹਾ ਵਾਂ ਕੋਰੇ ਜੇ ਉਸ ਵੇਲੇ ਸਾਨੂੰ ਪਤਾ ਹੋਣਾ ਜਾਂ ਇੰਟਰਨੈਸ਼ਨਲ ਪਹਿਲੇ ਪਹਿਲੇ ਹੁੰਦੇ ਸੀਗੇ ਉਦੋਂ ਉਹ ਸਟਾਰਟ ਕਰਨੇ ਨੂੰ ਕਿੰਨੀ ਤੰਗੀ ਹੁੰਦੀ ਸੀ ਨਾ ਉਹ ਸੈਲਫ ਮਾਰੀ ਜਾਣੀ ਮਾਰੀ ਜਾਣੀ ਮਾਰੀ ਜਾਣੀ ਉੱਥੇ ਚੱਟਾ ਧੂਆਂ ਕੱਢਦੇ ਸੀ ਤੇ ਹੁਣ ਅੱਜ ਦੇ ਸਮੇਂ 'ਚ ਬਾਈ ਕਹਿੰਦਾ ਬਸ ਮਾੜਾ ਜਾਂ ਬਟਨੇ ਦਬਣਾ ਜਾਂ ਤੇ ਕਹਿੰਦਾ ਸਟਾਰਟ ਇਹ ਜਿਹੜੀ ਟੈਕਨੋਲੋਜੀ ਆ ਗਾਹਾਂ ਤੇ ਗਾਹਾਂ ਮਹਿੰਦਰਾ ਨੇ ਯਾਦ ਕੀਤੀ ਆਰ ਮਹਿੰਦਰਾ ਜਿਹੜਾ ਪੂਰੇ ਦੇਸ਼ ਦੇ ਵਿੱਚ ਹਰਮਨ ਪਿਆਰਾ ਬ੍ਰਾਂਡ ਆ ਹੁਣ ਅੱਜ ਪਮਾ ਵੱਖ-ਵੱਖ ਕੰਪਨੀਆਂ ਦੇ ਟਰੈਕਟਰ ਸਾਡੇ ਮੁਲਕ ਦੇ ਵਿੱਚ ਆ ਗਏ ਆ ਪਰ ਮੈਂ ਕਹੂੰਗਾ ਕਿ ਇਹ ਆਪਣੇ ਕਿਸਾਨਾਂ ਦਾ ਮੋਢੀ ਮਿੱਤਰ ਆ ਇਹ ਵੀ ਇੱਕ ਮਾਊ ਪੁੱਤਰ ਆ ਕਿਸਾਨਾਂ ਦੇ ਲਈ ਕਿਉਂਕਿ ਮੈਂ ਇਸ ਟਰੈਕਟਰ ਨੂੰ ਹਰ ਘਰ ਦੇਖਿਆ ਬਾਈ ਹਰ ਘਰ ਦੇਖਿਆ ਆਪਣੀ ਈ ਰੀਜ ਤਾਂ ਮੈਂ ਦੇਖਿਆ ਬਾਕੀ ਮੈਨੂੰ ਅਲੇ ਦਵਾਲੇ ਉਹ ਪਤਾ ਨਹੀਂ ਕਿਉਂਕਿ ਇਹ ਜੇ 10 ਪਿੰਡ ਦੇ ਵਿੱਚ 10 ਟਰੈਕਟਰ ਹੁੰਦੇ ਸੀਗੇ ਉਹਦੇ ਵਿੱਚੋਂ 6 ਟਰੈਕਟਰ ਮਹਿੰਦਰਾ ਦੇ ਹੁੰਦੇ ਸੀ ਬਾਕੀ 4 ਜਿਹੜੇ ਹੋਰ ਕੰਪਨੀਆਂ ਦੇ ਹੁੰਦੇ ਸੀ ਸੋ ਕਿਸਾਨਾਂ ਨੇ ਔਰ ਬਾਕੀ ਮਹਿੰਦਰਾ ਨੇ ਇੱਕ ਦੂਜੇ ਦਾ ਜਿਹੜਾ ਸਾਥ ਆ ਉਹ ਦਿੱਤਾ ਆ ਕਿਉਂਕਿ ਜਦੋਂ ਤੱਕ ਟਰੈਕਟਰ ਕੰਪਨੀਆਂ ਕਿਸਾਨਾਂ ਦੀ ਨੀਡ ਨੂੰ ਨਹੀਂ ਫੜਦੀਆਂ ਜਾਂ ਕਿਸਾਨ ਆਪਣੇ ਮੁਤਾਬਕ ਟਰੈਕਟਰ ਨਹੀਂ ਲੈਣੀਆਂ ਤੇ ਉਦੋਂ ਤੱਕ ਜਿਹੜਾ ਤਾਲਮੇਲ ਨਹੀਂ ਬੰਨ੍ਹਦਾ ਕਿਉਂਕਿ ਇਹਨਾਂ ਨੇ ਜੀਪਾਂ ਲੈ ਲਓ ਜਹਾਜ਼ ਲੈ ਲਓ ਇਹਨਾਂ ਤੋਂ ਬੋਟ ਲੈ ਲਓ ਸੜੀਆਂ 'ਚ ਮੁੰਦਰ ਚੱਲਦੀਆਂ ਤੇ ਕੋਈ ਗਿਣਤੀ ਨਹੀਂ ਕਿੰਨੀਆਂ ਕਹਿ ਤੇ ਹਰੇਕ ਕੰਪਨੀ ਦੇ ਵਿੱਚ ਹਰੇਕ 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 ਤਾਂ ਮੱਲਾ ਮਾਰੀਆਂ ਸੋ ਇਹੀ ਮੇਰਾ ਕਾਰਨ ਸਗਾ ਧਰਤੀ ਨੂੰ ਨਮਨ ਕਰਨੇ ਦਾ ਔਰ ਲੁਧਿਆਣਾ ਵਾਸੀਆਂ ਨੂੰ ਨਮਸਤੇ ਕਰਨ ਦਾ ਸასი ਕਾਲ ਆ ਦੋਸਤੋ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਹੋ ਸਕੇ ਤਾਂ ਇਸ ਵੀਡੀਓ ਨੂੰ ਮਹਾਰਾਜ ਮਹਿੰਦਰਾ ਆਨੰਦ ਮਹਿੰਦਰਾ ਤੱਕ ਜਰੂਰ ਪਹੁੰਚਾਓ